ਪਟਿਆਲਾ ਯੂਨੀਵਰਸਿਟੀ ਦੇ ਵਧਦੇ ਹੋਏ ਵਿਵਾਦ ਨੂੰ ਲੈ ਕੇ ਹੁਣ ਲਗਾਤਾਰ ਮਹਿਲਾ ਕਮਿਸ਼ਨ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਵੀ ਪੂਰਾ ਇਹਦੇ ਵਿੱਚ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਹੀ ਚੇਅਰਪਰਸਨ ਉੱਥੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮਿਲਿਆ ਤੇ ਕਮੇਟੀ ਬਣਾਉਣ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਗਈ ਹੈ ਸਾਡੇ ਨਾਲ ਚੇਅਰਪਰਸਨ ਰਾਜ ਲਾਲੀ ਗਿੱਲ ਜੀ ਮੌਜੂਦ ਨੇ ਮੈਡਮ ਕਿਉਂਕਿ ਲਗਾਤਾਰ ਵਿਵਾਦ ਵੀ ਵੱਧਾ ਜਾ ਰਿਹਾ ਸਟ੍ਰਾਈਕ ਅਜੇ ਵੀ ਹਾਲਾਂਕਿ ਚੱਲੀ ਹੈ ਤੁਸੀਂ ਕੱਲ ਮਿਲ ਕੇ ਵੀ ਆਏ ਹੋ ਕਿਸ ਤਰ੍ਹਾਂ ਦੀ ਤੁਸੀਂ ਸਿਚੁਏਸ਼ਨ ਦੇਖੀ ਕਮੇਟੀ ਦੀ ਤੁਸੀਂ ਗੱਲਬਾਤ ਦੇਖੋ ਇਹਦਾ ਕਿ ਮੈਂ ਸਾਰੇ ਸਟੂਡੈਂਟਸ ਨੂੰ ਔਰ ਸਾਰੇ ਸਟੂਡੈਂਟਸ ਨੇ ਆਪਣੀ ਪ੍ਰੋਬਲਮ ਦਸੀਆਂ ਨੇ ਜਿਹੜੀਆਂ ਕਿ ਉਹ ਅਗੇ ਇਸ ਹੈਗੇ ਦੇ ਕਿ ਸਾਡੇ VC ਦੇ ਸਭ ਨੂੰ ਪਤਾ ਹੀ ਹੈ ਕਿ ਜਿਹੜਾ VC ਦੇ ਹੈ ਕਿ ਇਹਨਾਂ ਨੇ ਸਾਨੂੰ ਇਦਾਂ ਰਿਮਾਰਕ ਕਿਉਂ ਕੀਤਾ ਤੇ ਉਹ ਸਾਡੇ ਰੂਮ ਦੇ ਅੰਦਰ ਇਨਸਪੈਕਸ਼ਨ ਕਰਨ ਕਿਉਂ ਆਏ ਬਿਨਾਂ ਦੱਸੇ ਹੋਏ ਉਸ ਤੋਂ ਬਾਅਦ ਮੈ ਵੀ ਸੀ ਨੂੰ ਵੀ ਮਿਲੀ ਜੋ VC ਦਾ ਕਹਿਣਾ ਇਹ ਸੀਗਾ ਕਿ ਨਹੀਂ ਮੈਂ ਤਾਂ ਸਟੂਡੈਂਟਸ ਨੇ ਰਿਕੁਐਸਟ ਕੀਤੀ ਸੀ ਕਿ ਜਿਹੜੇ ਰੂਮਸ ਨੇ ਉਹ ਥੋੜੇ ਕੰਜਸਟਡ ਨੇ ਤੇ ਉਹ ਸਾਨੂੰ ਦੇਖੋ ਆ ਕੇ ਔਰ ਉਹਨਾਂ ਦੇ ਨਾਲ ਵਾਰਡਨ ਸੀ ਤੇ ਉਹਨਾਂ ਦੇ ਨਾਲ ਗਾਰਡ ਵੀ ਸੀ ਉਹ ਇਕੱਲੇ ਨਹੀਂ ਸੀ ਗਏ ਉੱਥੇ ਇੱਕ ਗੱਲ ਤੇ ਇਹ ਸੀਗੀ ਆਫਟਰ ਸਟੂਡੈਂਟਸ ਇਹ ਗੱਲਾਂ ਸੁਣਨ ਤੋਂ ਬਾਅਦ ਹੋਰ ਛੋਟੇ ਮਟੀਆਂ ਹੋਰ ਪ੍ਰੋਬਲਮ ਸੀਗਾ ਜਿੱਦਾਂ ਉਹ ਕਹਿੰਸੀ ਸਾਡੀ ਫੀਸ ਹੈਗੀ ਆ ਉਹਦੇ ਕੋਈ ਪ੍ਰੋਬਲਮ ਸੀ ਕੋਈ ਸਿਕਿਉਰਿਟੀ ਲਾਈਟਸ ਚਾਹੀਦੀਆਂ ਸੀ ਉਹਨਾਂ ਨੂੰ ਬਾਹਰ ਉਹ ਚਾਹੀਦੀਆਂ ਸੀਗੀਆਂ ਸੋ ਐਦਾਂ ਦੀ ਸਿਰਫ ਗੱਲ ਸੀਗੀ ਤੇ ਉਹਨਾਂ ਨੂੰ ਸਮਝਾ ਬੁਜਾ ਕੇ ਇਹ ਗੱਲ ਕਹੀ ਗਈ ਕਿ ਤੁਸੀਂ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਚੁਣ ਲਓ ਪੰਜ ਸੱਤ ਜਿਹੜੇ ਵੀ ਉਹ ਚੁਣਨਾ ਚਾਹੁੰਦੇ ਨੇ ਤੇ ਇਧਰੋਂ ਅਸੀਂ ਫੈਕਲਟੀ ਮੈਂਬਰ ਤੇ ਯੂਨੀਵਰਸਿਟੀ ਦੇ ਜਿਹੜੇ ਵੀ ਕੋਈ ਐਮੀਨੈਂਟ ਪੀਪਲ ਉਹ ਚਾਹੁੰਦੇ ਨੇ ਵੀ ਇਹ ਹੁਣ ਉਹਦੇ ਕਮੇਟੀ ਦੇ ਅੰਦਰ ਉਹ ਇਸ ਕਮੇਟੀ ਦੇ ਅੰਦਰ ਪਾ ਕੇ ਫ ਮੈਂ ਉਹਨਾਂ ਨੇ ਵੀ ਸਾਰਾ ਜਦੋਂ ਸਮਝਾਇਆ ਸੀ ਮੈਂ ਉਹਨਾਂ ਕਿਹਾ ਜੇ ਤੁਹਾਨੂੰ ਚਾਹੀਦਾ ਹੈ ਕਿ ਵੀ ਮੈਂ ਤੁਹਾਡੇ ਨਾਲ ਆਵਾਂ ਐਜ਼ ਅ ਆਬਜ਼ਰਵਰ ਉੱਥੇ ਮੈਂ ਆ ਸਕਦੀ ਹਾਂ ਬਟ ਨਾਟ ਐਜ਼ ਅ ਮੈਂਬਰ ਸੋ ਦੇ ਆਲ ਵਾਂਟਡ ਕਿ ਮੈਂ ਉੱਥੇ ਜ਼ਰੂਰ ਜਾਵਾਂ ਉਹਨਾਂ ਦੇ ਨਾਲ ਉੱਥੇ ਹੁਣ ਜਿਹੜੇ ਨੇ ਉਹ ਸਟੂਡੈਂਟ ਇਹ ਵੀ ਜਾਣਦੇ ਨੇ ਕਿ ਇਕੱਲਾ ਯੂਨੀਵਰਸਿਟੀ ਦੀ ਜਿਹੜੀ ਆ ਪ੍ਰੋਫੈਸਰਸ ਨਾ ਹੋਣ ਬਾਹਰ ਦੇ ਬੰਦੇ ਵੀ ਉੱਥੇ ਪਿੱਛੇ ਪੈਣੀ ਚਾਹੀਦੇ ਨੇ ਤਾਂ ਕਿ ਉਹਨਾਂ ਦੇ ਉੱਥੇ ਜਿਹੜੀ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਤਰਫਾ ਹੋ ਜੇ ਕੋਈ ਗੱਲ ਉਹਦੇ ਅੰਦਰ ਮੈਂ ਰਿਕੁਐਸਟ ਕੀਤੀ ਹੈ ਕਿ ਜਾਹੇ ਡੀਸੀ ਸਾਹਿਬ ਨੂੰ ਪਾ ਲੋ ਜਾਂ ਉਹ ਤੇ ਲੋਕਲ ਐਡਮਿਨਿਸਟ੍ਰੇਸ਼ਨ ਐਸਐਸਪੀ ਸਾਹਿਬ ਨੂੰ ਪਾ ਲਓ ਜਾਂ ਜਿਹੜਾ ਵੀ ਉਹ ਬੰਦਾ ਚਾਹੁੰਦੇ ਨੇ ਉਹਦੇ ਅੰਦਰ ਪਾ ਕੇ ਇਸ ਚੀਜ਼ ਨੂੰ ਖਤਮ ਕੀਤੀ ਜਾਏ ਹੁਣ ਉਹ ਤੋਂ ਆਣ ਤੋਂ ਬਾਅਦ ਮੈਂ ਇੱਕ ਲੈਟਰ ਜਿਹੜਾ ਆ ਉਹ ਸੀਐਮ ਸਾਹਿਬ ਨੂੰ ਲਿਖ ਰਹੀ ਹਾਂ ਅਬਾਊਟ ਮਾਈ ਸੁਜੈਸ਼ਨਸ ਅਬਾਊਟ ਮਾਈ ਆਬਜ਼ਰਵੇਸ਼ਨਸ ਓਵਰ देयर ਤੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਵੀ ਮੈਂ ਲਿਖਾਂਗੀ ਉਹ ਤੇ ਡੀਸੀ ਸਾਹਿਬ ਨੂੰ ਤੇ ਵੀਸੀ ਸਾਹਿਬ ਨੂੰ ਵੀ ਲਿਖਾਂਗੀ ਔਰ ਮੇਰਾ ਖਿਆਲ ਹੈ ਕਿ ਬਹੁਤ ਜਲਦੀ ਇਹ ਖਤਮ ਹੋ ਜਾਏਗਾ। ਲੈਟਰ ਚ ਮੈਂ ਕਿਸ ਤਰ੍ਹਾਂ ਦੇ ਪੁਆਇੰਟਸ ਤੁਸੀਂ ਰੱਖੇ ਨੇ ਜਿਹੜੀ ਵੀ ਗੱਲ ਤੁਸੀਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਈ ਉਹਨਾਂ ਦੇ ਪੁਆਇੰਟ ਸੀਗੇ ਚਾਹੇ ਉਹ ਸਿਕਿਉਰਿਟੀ ਦੇ ਮੱਦੇ ਨਜ਼ਰ ਹਾਲਾਂਕਿ ਇਹਦੇ ਚ ਹੋਰ ਗੱਲ ਆ ਰਹੀ ਹੈ ਕਿ ਵਾਈਸ ਚਾਂਸਲਰ ਨੂੰ ਹਟਾਣ ਦੀ ਵੀ ਜਿਹੜੀ ਹੈਗੀ ਉਹ ਮੰਗ ਕਰ ਰਹੇ ਹਨ ਜਿਹੜੇ ਸਟੂਡੈਂਟਸ ਅਜੇ ਵੀ ਧਰਨੇ ਤੇ ਬੈਠੇ ਹਾਂ। ਹਾਂ ਬਿਲਕੁਲ। ਸਟੂਡੈਂਟਸ ਇਹ ਕਹਿ ਰਹੇ ਨੇ ਕਿ ਵੀ ਵੀਸੀ ਸਾਹਿਬ ਨੂੰ ਹਟਾਉਣਾ ਚਾਹੀਦਾ ਹੈ। ਲੇਕਿਨ ਗੱਲ ਇਹ ਹੈ ਕਿ ਇੱਕ ਡਿਮਾਂਡ ਜਿਹੜੀ ਹੈ ਸਟੂਡੈਂਟ ਦੀ ਇਹ ਵੀ ਹੈ ਉਹਨਾਂ ਨੂੰ ਹਟਾਉ ਹੋ ਸਕਦਾ ਕੋਈ ਮਿਸਅੰਡਰਸਟੈਂਡਿੰਗ ਹੋਵੇ ਦੋਵਾਂ ਦੇ ਵਿੱਚ ਇਹ ਕਮੇਟੀ ਨੂੰ ਬਣ ਜਾਣ ਦਿਓ ਗੱਲਬਾਤ ਕਰਨ ਤੋਂ ਬਾਅਦ ਜੋ ਵੀ ਉਹਦਾ ਨਤੀਜਾ ਨਿਕਲੇਗਾ ਉਹਨੂੰ ਲਾਗੂ ਕੀਤਾ ਜਾਵੇਗਾ। ਕਦ ਤੱਕ ਕਮੇਟੀ ਜਿਹੜੀ ਹੈ ਉਹ ਬਣ ਜੇ ਕਿਉਂਕਿ ਹਜੇ ਵੀ ਲਗਾਤਾਰ ਜਿਹੜਾ ਧਰਨਾ ਹੈ ਉਹ ਜਾਰੀ ਹੈ ਤੇ ਕਿਤੇ ਨਾ ਕਿਤੇ ਵਿਵਾਦ ਵਧਦਾ ਜਾ ਰਿਹਾ ਹੈ। ਨਹੀਂ ਮੇਰਾ ਖਿਆਲ ਹੈ ਕਿ ਬਹੁਤ ਜਲਦੀ ਕਿਉਂਕਿ ਅੱਜ ਮੈਂ ਜੋ ਲੈਟਰ ਲਿਖ ਰਹੀ ਹਾਂ ਮੈਂ ਡੀਸੀ ਸਾਹਿਬ ਨੂੰ ਵੀ ਲਿਖ ਰਹੀ ਹਾਂ ਇਸ ਲੈਟਰ ਐਸਐਸਪੀ ਸਾਹਿਬ ਨੂੰ ਵੀ ਲਿਖ ਰਹੀ ਹਾਂ ਕਿ ਬਹੁਤ ਜਲਦੀ ਇਸ ਚੀਜ਼ ਨੂੰ ਕਮੇਟੀ ਨੂੰ ਬਣਾ ਕੇ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਮੈਂ ਵੇਟ ਕਰਦੀ ਆਂ ਅੱਜ ਦਾ ਦਿਨ ਕੱਲ ਦਾ ਦਿਨ ਪਰ ਜ਼ਰੂਰ ਮੈਂ ਇਸ ਚੀਜ਼ ਦੇ ਅੰਦਰ ਫਿਰ ਦੁਬਾਰਾ ਪੁਆਇੰਟਸ ਕਿਹੜੇ ਕਿਹੜੇ ਰ ਤੇ ਜਿਹੜੇ ਫੈਕਲਟੀ ਮੈਂਬਰਸ ਨੇ ਉਹਨਾਂ ਦੀ ਕੀ ਡਿਮਾਂਡਸ ਨੇ ਇਸ ਚੀਜ਼ ਨੂੰ ਲੈ ਕੇ ਖਤਮ ਕਰਨਾ ਚਾਹੀਦਾ ਕਮੇਟੀ ਬਣਾ ਕੇ ਸੈਕੰਡਲੀ ਜੋ ਸਟੂਡੈਂਟਸ ਦੀ ਡਿਮਾਂਡ ਹੈ ਐਜ਼ ਅ ਸਿਕਿਉਰਟੀ ਉਹਨਾਂ ਨੂੰ ਕੁਝ ਲਾਈਟਸ ਚਾਹੀਦੀਆਂ ਨੇ ਬਾਹਰ ਨਾਥਿੰਗ ਇਟਸ ਨਾਟ ਵੈਰੀ ਬਿਗ ਇਸ਼ੂ ਲਾਈਟਸ ਚਾਹੀਦੀਆਂ ਨੇ ਕੁਝ ਵਾਰ ਉਹਨਾਂ ਨੂੰ ਚਾਹੀਦੀਆਂ ਨੇ ਫਿਰ ਉਹਨਾਂ ਦੇ ਕੁਝ ਸਟੂਡੈਂਟਸ ਆਗੇ ਸੀ ਕਿ ਜਿਹੜੇ ਫੀਸ ਥੋੜੀ ਜਿਹਾ ਨਹੀਂ ਦੇ ਸਕੇ ਕੁਝ ਦੇਰ ਦੇ ਲਈ ਉਸ ਚੀਜ਼ ਦੇ ਲਈ ਵੀ ਉਹਨਾਂ ਨੂੰ ਸੀਗਾ ਕਿਉਂਕਿ ਉਹਨਾਂ ਦੀ ਕੋਈ ਮਜਬੂਰੀ ਨਹੀਂ ਉਹ ਸਟੂਡੈਂਟਸ ਨੂੰ ਐਜ਼ ਅ ਮੈਰਿਟ ਬੇਸ ਦਿਖਣਾ ਚਾਹੀਦਾ ਹੈ ਤੇ ਮੈਮ ਤੁਸੀਂ ਹੋਰ ਵੀ ਕੋਈ ਚੀਜ਼ਾਂ ਆਬਜ਼ਰਵ ਕੀਤੀ ਕੱਲ ਕਿਉਂਕਿ ਤੁਸੀਂ ਕਾਫੀ ਰਾਉਂਡ ਕੀਤਾ ਹੈ ਸਟੂਡੈਂਟਸ ਦੇ ਨਾਲ ਮਿਲੇ ਹੈ ਕਿਉਂਕਿ ਕਈ ਸਟੂਡੈਂਟ ਇਹ ਵੀ ਕਹਿ ਰਹੇ ਹਨ ਕਿ ਸਾਡੇ ਪਰਸਨਲ ਨੂੰ ਵੀ ਜਿਹੜਾ ਹੈਗਾ ਉਹ ਟੌਂਟ ਕੀਤਾ ਜਾਂਦਾ ਹੈ ਗਰੀਬ ਅਮੀਰ ਇਸ ਤਰ੍ਹਾਂ ਦੀ ਵੀ ਜਿਹੜੀ ਨਹੀਂ ਐਸਾ ਮੇਰੇ ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਨਹੀਂ ਔਰ ਮੇਰੇ ਆਬਜ਼ਰਵੇਸ਼ਨ 'ਚ ਇਹ ਸਾਰੇ ਕੁਝ ਵੀ ਨਹੀਂ ਆਈ ਹੈਗੀ ਲੇਕਿਨ ਡੈਫੀਨਿਟਲੀ ਇਹ ਹੈ ਕਿ ਸਟੂਡੈਂਟ ਜਿਹੜੇ ਨੇ ਕੁਝ ਉਹਨਾਂ ਦੇ ਛੋਟੇ-ਛ ਦਸ ਕੀ ਆਣਾ ਚਾਹੀਦਾ ਸੀਗਾ ਤੇ ਸਾਨੂੰ ਇਹ ਨਹੀਂ ਸੀ ਕਿ ਆਣਾ ਚਾਹੀਦਾ ਰਿਕੋਰਡਿੰਗ ਟੂ ਵੀ ਸੀ ਕਿ ਮੈਂ ਰੂਮ ਚ ਗਿਆ ਸੀ ਸਿਰਫ ਇੱਕ ਇਨਸਪੈਕਸ਼ਨ ਦੇ ਲਈ ਉਹ ਇਕੱਲੇ ਨਹੀਂ ਸੀ ਗਏ ਉਹਨਾਂ ਦੇ ਨਾਲ ਵਾਰਡਨ ਸੀ ਉਹਨਾਂ ਦੇ ਨਾਲ ਗਾਰਡ ਸੀ ਤੇ ਮੈਮ ਹੁਣ ਅਗਲੇ ਅਗੇਨ ਤੁਸੀਂ ਜਾਓਗੇ ਉੱਥੇ ਜਾ ਕੇ ਉੱਥੇ ਜਿਹੜੇ ਸਟੂਡੈਂਟਸ ਨਾਲ ਦੋ ਦੇਖੋ ਹੁਣ ਇਹ ਜਿਹੜਾ ਕੰਮ ਹੈ ਯੂਨੀਵਰਸਿਟੀ ਦਾ ਕੰਮ ਹੈ ਸਟੂਡੈਂਟ ਦੇ ਜਿਹੜੇ ਆਪਣੇ ਨੇ ਉਹਨਾਂ ਦਾ ਕੰਮ ਹੈ ਬਾਕੀ ਹੈ ਡੀ ਸੀ ਸਾਹਿਬ ਦੇਖਣਗੇ ਉੱਥੇ ਜਾਂ ਹੋਰ ਬਾਕੀ ਐਡਮਿਨਿਸਟ੍ਰੇਸ਼ਨ ਦੇਖੇਗੀ ਲੇਕਿਨ ਸਟੂਡੈਂਟਸ ਜਿਹੜੇ ਸੀਗੇ ਉਹ ਮੇਰੇ ਨਾਲ ਬਹੁਤ ਖੂਲ ਮਿਲ ਗਏ ਸੀ ਬਹੁਤ ਖੁਸ਼ ਸੀ ਇਹਨਾਂ ਨੇ ਤਾਲੀਆਂ ਵੀ ਵਜਾਈਆਂ ਔਰ ਉਹਨਾਂ ਨੇ ਇਹ ਕਿਹਾ ਕਿ ਮੈਡਮ ਸਾਨੂੰ ਅਸੀਂ ਚਾਹਦੇ ਹਾਂ ਕਿ ਤੁਸੀਂ ਸਾਡੇ ਨਾਲ ਬੈਠੋ ਸਾਡੇ ਨਾਲ ਕਰੋ ਤੇ ਮੈਂ ਉਹਨਾਂ ਨੇ ਇਹ ਕਿਹਾ ਐਸ ਅ অবজারভার ਇਫ ਯੂ ਵਾਂਟ ਆਈ ਵਿਲ ਡੈਫੀਨਟਲੀ ਬੀ देयर ਤਾਂ ਬਿਲਕੁਲ ਜਿੱਦਾਂ ਮੈਮ ਨੇ ਦੱਸਿਆ ਕਿ ਕਈ ਚੀਜ਼ਾਂ ਨੂੰ ਲੈ ਕੇ ਸਟੂਡੈਂਟਸ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਜਿੱਥੇ ਜਿਸ ਤਰ੍ਹਾਂ ਦਾ ਸਟ੍ਰਾਈਕ ਚੱਲ ਰਿਹਾ ਜਿਸ ਤਰ੍ਹਾਂ ਦੇ ਕੁਐਸਚਨਸ ਉਹਨਾਂ ਨੇ ਰੇਜ਼ ਕੀਤੇ ਹਨ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਾਉਂਸਲਿੰਗ ਜਾਂ ਫਿਰ ਸਟੂਡੈਂਟ ਦੇ ਨਾਲ 1 ਟੂ 1 ਜਿਹੜਾ ਹੈਗਾ ਉਹ ਕੀਤਾ ਜਾਵੇ ਤੇ ਜਿਹੜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਹੈ ਰਾਜ ਲਾਲੀ ਗਿਲ ਉਹਨਾਂ ਵੱਲੋਂ ਇੱਕ ਲੈਟਰ ਲਿਖਿਆ ਜਾ ਰਿਹਾ ਮੁੱਖ ਮੰਤਰੀ ਪੰਜਾਬ ਨੂੰ ਜਿਹੜੇ ਸੀਨੀਅਰ ਅਧਿਕਾਰੀ ਨੇ ਡੀਸੀ ਨੇ ਔਰ ਹੈਲਥ ਮਿਨਿਸਟਰ ਨੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਵੀ ਜਿਹੜਾ ਲੈਟਰ ਲਿਖਿਆ ਜਾ ਰਿਹਾ ਜਿਹਦੇ ਵਿੱਚ ਕਈ ਚੀਜ਼ਾਂ ਦਾ ਪੁਆਇੰਟ ਜ਼ਿਕਰ ਕੀਤਾ ਕਿ ਇਹ ਇਹ ਚੀਜ਼ਾਂ ਆਬਜ਼ਰਵ ਕੀਤੀ ਗਈ ਹੈ ਇਹ ਇਹ ਚੀਜ਼ਾਂ ਤੇ ਪੁਆਇੰਟ ਜਿਹੜੇ ਹੈਗੇ ਉਹ ਸਟੂਡੈਂਟਸ ਨੇ ਰੱਖੇ ਹੈ ਤੇ ਇਹਨਾਂ ਨੂੰ ਜਿਹੜਾ ਹੈਗਾ ਸੁਲਝਾਇਆ ਜਾਵੇ ਔਰ ਇੱਕ ਕਮੇਟੀ ਜਿਹੜੀ ਗਠਿਤ ਕਰਨ ਦੀ ਗੱਲ ਕੀਤੀ ਗਈ ਹੈ ਔਰ ਕਮੇਟੀ ਜਲਦ ਤੋਂ ਜਲਦ ਬਣਾ ਕੇ ਇਹਦੇ ਵਿੱਚ ਸਾਰੀ ਜਿਹੜੀ ਵੀ ਪ੍ਰੋਬਲਮਸ ਨੇ ਭੌਲੀ ਤੋਂ ਕੈਮਰਾਮੈਨ ਸਰਮਪ੍ਰੇਸਿੰਗ ਨਾਲ ਮਨੋਜ ਰਾਠੀ ਨਿਊਜ਼ ਜੀਨ ਤਜਾ